ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਕਾਫੀ ਦਿਨਾਂ ਤੋਂ ਜੋ 1509 ਜੋ ਮੰਡੀ 'ਚ ਆ ਰਹੀ ਸੀ ਇਹਦੇ ਨਾਲ-ਨਾਲ ਕੁਝ ਮੰਡੀਆਂ 'ਚ 1847 ਵੀ ਦੇਖਣ ਨੂੰ ਮਿਲ ਰਹੀ ਸੀ ਪਰ ਹੁਣ ਜਿਵੇਂ ਬਾਸਮਤੀ ਦੀਆਂ ਦੂਜੀਆਂ ਕਿਸਮਾਂ ਜਿਵੇਂ PV1 1121 ਵੀ ਜੋ ਮੰਡੀ 'ਚ ਆਉਣੀ ਸ਼ੁਰੂ ਹੋ ਗਈ ਹੈ ਤੇ ਇਹ ਸਭ ਦੇ ਰੇਟ ਜੋ ਕਾਫੀ ਚੰਗੇ ਚੱਲ ਰਹੇ ਨੇ ਤੇ ਜਿਵੇਂ ਜੋ 11 21 ਹੈ ਲਗਭਗ 5000 ਦੇ ਘਰਾਂ ਦੇ ਵਿੱਚ ਇਹ ਵਿਕੀ ਹੈ ਤੇ ਇਦਾਂ ਹੀ ਜੋ ਦੂਜੀਆਂ ਕਿਸਮਾਂ ਨੇ ਉਹਨਾਂ ਦੇ ਕੀ ਰੇਟ ਰਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸੰਭਾਵਨਾ ਰਹਿ ਸਕਦੀ ਹੈ ਉਹ ਸਾਰੀ ਆਪਾਂ ਇਸ ਵੀਡੀਓ 'ਚ ਚਰਚਾ ਕਰਾਂਗੇ ਸਭ ਤੋਂ ਪਹਿਲੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਇਹ ਵੀ ਵੀਡੀਓ ਤੁਸੀਂ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਤੇ ਲਾਈਕ ਕਰਨਾ ਨਾ ਭੁੱਲਿਓ ਸੋ ਕਿਸਾਨ ਵੀਰੋ ਸ਼ੁਰੂ ਕਰਦੇ ਆਂ ਸਭ ਤੋਂ ਪਹਿਲੇ ਜੋ 11 ਕਿਸੀ ਪੁਰਾਣਾ ਆਇਆ ਏ ਤੇ 11 21 ਜੋ ਗੋਹਾਣਾ ਮੰਡੀ ਦੇ ਵਿੱਚ ਵਿਕਿਆ 4941 ਲਗਭਗ ਲਗਭਗ 5000 ਦੇ ਆਰ ਬਾਰ ਜੋ ਪੁਰਾਣਾ 1121 ਉਹ ਮੰਡੀ ਦੇ ਵਿੱਚ ਵਿਕਿਆ ਇਸ ਦੇ ਨਾਲ ਨਾਲ ਜੋ ਗੁਹਾਣਾ ਮੰਡੀ ਚ 1509 ਲਗਭਗ 3500 ਤੋਂ ਲੈ ਕੇ 3671 ਤੱਕ ਵਿਕੀ ਹੈ ਇਸ ਤੋਂ ਬਾਅਦ ਫਤਿਹਵਾਦ ਮੰਡੀ ਦੀ ਗੱਲ ਕਰੀਏ ਤਾਂ 1509 ਕੰਬਾਈਨ ਵਾਲੀ 3700 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕੀ ਹੈ ਤਰਾਵੜੀ ਮੰਡੀ ਚ 1509 3601 ਰੁਪਏ ਸੋਨੀਪੱਤ ਮੰਡੀ 'ਚ 15093581 ਰੁਪਏ ਤੇ ਉਸ ਦੇ ਨਾਲ ਨਾਲ ਜੋ ਲਾੜਵਾ ਮੰਡੀ ਹੈ 15093655 ਰੁਪਏ ਤੇ ਰਤਿਆ ਮੰਡੀ 'ਚ 15093700 ਰੁਪਏ ਉਸ ਦੇ ਬਾਅਦ ਜੋ ਰਾਦੋੜ ਮੰਡੀ ਹੈ ਉਹਦੇ ਵਿੱਚ ਨਵਾਂ ਜੋ ਪੀਵੀ1 ਝੋਨਾ ਆਇਆ ਹੈ ਯਾਨੀ ਕਿ ਬਾਸਮਤੀ ਦੀ ਜੋ ਕਿਸਮ ਹੈ ਤਾਂ ਲਗਭਗ 3925 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਇਹ ਨਵਾਂ ਝੋਨਾ ਵਿਕੇ ਤੇ ਰਾਦੋੜ ਮੰਡੀ ਚ 1509 ਕੰਬਾਈਨ ਵਾਲੀ 3545 ਤੇ ਆਰ ਬਾਰ ਵਿਕੇ ਹੈ ਉਸ ਤੋਂ ਬਾਅਦ ਸਮਾਣਾ ਮੰਡੀ ਚ 1509 3660 ਰੁਪਏ ਜਹਾਗੀਰ ਆਬਾਦ ਮੰਡੀ ਦੇ ਵਿੱਚ 1509 3600 ਰੁਪਏ ਗੁਲਾਵੱਠੀ ਮੰਡੀ ਚ 1509 3661 ਰੁਪਏ ਤੇ ਉਸ ਤੋਂ ਬਾਅਦ ਜੁਲਾਣਾ ਮੰਡੀ ਚ 1509 3500 ਰੁਪਏ ਤੇ ਤੁਖਾਨਾ ਮੰਡੀ ਚ 3839 ਰੁਪਏ ਇਸ ਤੋਂ ਬਾਅਦ ਸਰਸਾ ਮੰਡੀ ਦੀ ਗੱਲ ਕਰੀਏ ਤਾਂ 1509 ਕੰਬਾਈਨ ਵਾਲੀ 3600 ਰੁਪਏ ਨਰਵਾਣਾ ਮੰਡੀ ਚ 1509 3630 ਰੁਪਏ ਪਾਣੀਪਤ ਮੰਡੀ ਚ 1509 3500 ਰੁਪਏ ਤੇ ਗਨੌਰ ਮੰਡੀ ਚ 1509 3541 ਰੁਪਏ ਕਰੋండా ਮੰਡੀ ਚ 1509 3500 ਰੁਪਏ ਤੇ ਕੈਥਲ ਮੰਡੀ ਚ 1509 3650 ਰੁਪਏ ਕਰਨਾਲ ਮੰਡੀ 'ਚ 1509 3525 ਰੁਪਏ ਤੇ ਸਮਾ ਲਖਾ ਮੰਡੀ 'ਚ 3541 ਰੁਪਏ ਇੰਦਰੀ ਮੰਡੀ 'ਚ 3570 ਰੁਪਏ 1509 ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਕੋਸੀਕਲਾ ਮੰਡੀ 'ਚ 1509 3371 ਰੁਪਏ ਗੰਘੋਵ ਮੰਡੀ 'ਚ 1509 3480 ਰੁਪਏ ਤੇ ਚੀਕਾ ਮੰਡੀ 'ਚ 1509 3580 ਰੁਪਏ ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ 1847 ਦੀ ਤਾਂ ਲਗਭਗ 3000 ਤੋਂ ਲੈ ਕੇ 3400 3500 ਰੁਪਏ ਦੇ ਘਰਾਂ ਵਿੱਚ ਜੋ ਹੈ ਉਹ 1847 ਵੇਕਰੀ ਹੈ ਸੋ ਇਦਾਂ ਹੀ ਜੋ ਦੂਜੀਆਂ 1500 ਦੇ ਨਾਂ 1509 ਦੇ ਨਾਲ-ਨਾਲ ਜੋ ਬਾਕੀ ਕਿਸਮਾਂ ਵੀ ਮੰਡੀਆਂ ਚ ਆਣੀਆਂ ਸ਼ੁਰੂ ਹੋ ਗਈਆਂ ਨੇ ਸੋ ਇਦਾਂ ਹੀ ਅੱਗੇ ਵੀ ਤੁਹਾਨੂੰ ਹਰ ਇੱਕ ਕਿਸਮ ਦੇ ਜੋ ਹਰ ਇੱਕ ਮੰਡੀ ਦੇ ਰੇਟ ਨਾਲ ਤੁਹਾਨੂੰ ਜਾਣੂ ਕਰਾਵਾਂਗੇ ਸੋ ਉਹਦੇ ਲਈ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਦੂਜੇ ਕਿਸਾਨ ਵੀਰ ਵੀ ਇਸ ਤੋਂ ਜਾਣਕਾਰੀ ਲੈ ਸਕਣ ਸੋ ਫੇਸਬੁੱਕ ਪੇਜ ਤੇ ਵੀਡੀਓ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਵੀ ਫੋਲੋ ਤੇ ਲਾਈਕ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ